आज सरदार जसपाल सिंह जो सैकटरी पंजाब प्रदेश कांग्रेस कमेटी दे जो जीरकपुर दे लगातार एमसी रहे है सरपंच भी रहे है पंजाब दे कांग्रेस दे सैकटरी है ते बहुत वड्डे इत्थे समाज सेवक है जिहड़ा पोलिटिकली बड़े एक्टिव ते स्ट्रोंग जिन्हां दा बहुत वड्डा होल्ड इस इलाके च है अज कांग्रेस छड्ड के श्रोमणी अकाली दल शामिल होए है ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਹੋਈ ਹੈ ਮੈਂ ਉਹਨਾਂ ਨੂੰ ਜੀਆਂ ਕਹਿਣਾ ਉਹਨਾਂ ਨੂੰ ਪਾਰਟੀ ਦਾ ਅਸੀਂ ਵਾਈਸ ਪ੍ਰੈਜ਼ੀਡੈਂਟ ਬਣਾ ਰਹੇ ਹਾਂ ਅਤੇ ਅੱਗੇ ਇਲੈਕਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਦੇਵਾਂਗੇ ਸਾਰੀ ਔਰਗਨਾਈਜ਼ ਕਰਨ ਵਾਸਤੇ ਸਾਰਾ ਕੁਛ ਅਤੇ ਸਾਨੂੰ ਅਕਾਲੀ ਦਲ ਨੂੰ ਅੱਜ ਬੜਾ ਬਲ ਮਿਲਿਆ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੱਲੀ ਇੱਕ ਪਾਰਟੀ ਹੈ ਜਿਹੜੀ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਵਾਸਤੇ ਲੜਦੀ ਹੈ ਬਾਕੀ ਸਾਰੇ ਜਿਹੜੇ ਪਾਰਟੀਆਂ ਦਿੱਲੀ ਤੋਂ ਹੁਕਮ ਲੈਣ ਵਾਲੀਆਂ ਅੱਜ ਤੱਕ ਜੋ ਫੈਸਲੇ ਉੱਥੇ ਹੁੰਦੇ ਆ ਦਿੱਲੀ ਵਾਲੇ ਕਰਦੇ ਆ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਜਿਵੇਂ ਵੈਸਟ ਬੰਗਾਲ ਵਿੱਚ ਬੀਜੇਪੀ ਨੇ ਬੜੀ ਕੋਸ਼ਿਸ਼ ਕੀਤੀ ਤਾਕਤ ਬਾਹਰੋਂ ਆ ਕੇ ਕਬਜ਼ਾ ਕਰਨ ਦੀ ਪਰ ਜਿੰਨੇ ਵੈਸਟ ਬੰਗਾਲ ਦੀ ਜਨਤਾ ਉਹਨਾਂ ਨੇ ਆਪਣੀ ਰੀਜਨਲ ਪਾਰਟੀ TMC ਨੂੰ ਜਿਤਾਇਆ ਉਵੇਂ ਹੀ ਪੰਜਾਬ ਦੇ ਉੱਤੇ ਹਮਲਾ ਹੁਣ ਤਿੰਨੇ ਪਾਰਟੀਆਂ ਕਰ ਰਹੀਆਂ ਜਿਨ੍ਹਾਂ ਦਾ ਕੋਈ ਲਗਾਅ ਪੰਜਾਬ ਦਾ ਨਹੀਂ ਹੈ ਹਿਸਟਰੀ ਗਵਾਹ ਹੈ ਕਿ ਉਹ ਤਿੰਨੇ ਪਾਰਟੀਆਂ ਐਂਟੀ ਪੰਜਾਬ ਫੈਸਲੇ ਲੈਂਦੇ ਰਹੀਆਂ ਜਿਵੇਂ ਕੇਜਰੀਵਾਲ ਹੈ ਦਿੱਲੀ ਜਾ ਕੇ ਸੁਪਰੀਮ ਕੋਰਟ 'ਚ ਉਹਨੇ ਬਿਆਨ ਦਿੱਤੇ ਹੈ ਕਿ SYL ਨਹਿਰ ਨਿਕਲੀ ਚਾਹੀਦੀ ਹੈ ਪੰਜਾਬ 'ਚੋਂ ਕੋਈ ਦਿੱਲੀ ਨੂੰ ਪਾਣੀ ਚਾਹੀਦਾ ਹੈ ਆਈ ਕੇਜਰੀਵਾਲ ਨੇ ਬਿਆਨ ਉੱਥੇ ਸੁਪਰੀਮ ਕੋਰਟ ਦਿੱਤਾ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਹੈ ਜਿਹੜਾ ਬੰਦਾ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਂਦਾ ਹੈ ਜਿਹੜਾ SYL ਨਹਿਰ ਕਢਾਉਂਦਾ ਹੈ ਕੀ ਉਹ ਪੰਜਾਬ ਦੀ ਲੜਾਈ ਲੜ ਸਕਦਾ ਉਵੇਂ BJP ਜਿਹੜੀ ਕਾਲੇ ਕਾਨੂੰਨ ਲਿਆਉਣ ਵਾਲੀ ਹੈ ਕਾਂਗਰਸ ਪਾਰਟੀ ਹੈ ਜਿਹਨੇ ਕਿੰਨੇ ਜ਼ੁਲਮ ਅਤੇ ਲੀਨਾ ਲੁੱਟਿਆ ਇਸ ਕਰਕੇ ਮੈਂ ਸਾਰੇ ਆਉਂਦੇ ਆ ਡਰਾਮੇ ਕਰਦੇ ਆ ਝੂਠੇ ਵਾਅਦੇ ਕਰਦੇ ਆ ਇਹਨਾਂ ਵਾਅਦਿਆਂ ਦਾ ਗਰੰਟੀ ਦਾ ਕੋਈ ਮਾਇਨਾ ਨਹੀਂ ਹੈ ਜਿਹੜੀ ਪਾਰਟੀ ਦੀ ਜ਼ਬਾਨ ਨਹੀਂ ਹੈ ਅਤੇ ਜੇ ਜ਼ਬਾਨ ਦੇਣ ਵਾਲੀ ਪਾਰਟੀ ਅਤੇ ਜ਼ਬਾਨ 'ਤੇ ਨਿਭਣ ਵਾਲੀ ਪਾਰਟੀ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜੀ ਦੋ ਸਵਾਲ ਨੇ ਜੀ ਇੱਕ ਅੱਜ ਆਮ ਆਦਮੀ ਪਾਰਟੀ ਵੱਲੋਂ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਦੱਸੋ ਜੀ ਉਹ ਸਾਰਾ ਡਰਾਮਾ ਹੈ ਆ ਆਪਣੇ ਆਪ ਫੈਸਲਾ ਕੇਜਰੀਵਾਲ ਕਰਦਾ ਕਿਹਨੂੰ ਬਣਾਉਣਾ ਹੈ ਆ ਇੱਕ ਪਰਸੈਪਸ਼ਨ ਸਾਰੀ ਕਿ ਜਿੰਨਾ ਕੇਜਰੀਵਾਲ ਦਾ ਜਿਹੜਾ ਏਮ ਹੈ ਉਹਦੀ ਇੱਕੋ ਏਮ ਹੈ ਕੇਜਰੀਵਾਲ ਚਾਹੁੰਦਾ ਮੈਂ ਚੀਫ ਮਿਨਿਸਟਰ ਬਣਨਾ ਹੈ ਜਿਹੜਾ ਵੀ ਫੇਸ ਲਿਆਉਣਾ ਚਾਹੁੰਦੇ ਹੈ ਉਹ ਇਕੱਲਾ ਇਲੈਕਸ਼ਨ ਤੱਕ ਹੈ ਡਮੀ ਫੇਸ ਤੁਸੀਂ ਉਹਦੀ ਐਡਵਰਟਾਈਜ਼ਮੈਂਟ ਵੀ ਦੇਖ ਲਓ ਜਿਹੜਾ ਉਹਨਾਂ ਨੇ ਗਾਣਾ ਬਣਾਇਆ ਜਿੱਥੇ ਸਾਰਾ ਕੁਛ ਹੀ ਕੇਜਰੀਵਾਲ 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 ਕੋਈ ਪੰਜਾਬ ਦਾ ਇਹਨਾਂ ਦਾ ਲੀਡਰ ਨਹੀਂ ਦਿਖਾਉਂਦੇ ਇੱਥੋਂ ਜਿਹੜੀ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਰਾਘਵ ਚੱਡਾ ਜਿਹੜਾ ਦਿੱਲੀ ਆ ਉਹ ਪ੍ਰੈਸ ਕਾਨਫਰੰਸ ਕਰਦਾ ਕਿਸੇ ਦੀ ਦੂਜੇ ਦੀ ਹਿੰਮਤ ਨਹੀਂ ਹੁੰਦੀ ਕੋਈ ਬਿਆਨ ਦੇ ਕੇਜਰੀਵਾਲ ਸਾਰਾ ਕੁਛ ਹੀ ਕੇਜਰੀਵਾਲ 'ਤੇ ਨਿਰਭਰ ਹੈ ਕੇਜਰੀਵਾਲ ਫੈਸਲਾ ਆਹ ਕਰੂਗਾ ਕੇਜਰੀਵਾਲ ਆਹ ਕਰੂਗਾ ਕਿ ਪੰਜਾਬੀਆਂ ਦੀ ਅੰਗ ਖਤਮ ਹੋ ਗਈ ਮੁਕਾਬਲਾ ਅਕਾਲੀ ਦਲ ਦੀ ਕਈ ਸੀਟਾਂ ਤੇ ਸਾਡਾ ਕਾਂਗਰਸ ਨਾਲ ਹੈ ਕਈ ਸੀਟਾਂ ਤੇ ਸਾਡਾ ਆਪ ਨਾਲ ਹੈ ਬੀਜੇਪੀ ਕਿੱਥੇ ਖੜੀ ਹੈ ਬੀਜੇਪੀ ਦਾ 2-4 ਸੀਟਾਂ ਤੇ ਹੋਣਾ ਹੈ ਬਾਕੀ ਨਹੀਂ ਹੈ ਕਿਸਾਨ ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਚੰਗਾ ਉਹਨਾਂ ਦਾ ਵੀ ਉਹਨਾਂ ਦਾ ਮਨ ਸੀ ਇਲੈਕਸ਼ਨ ਲੜਨ ਦਾ ਚਲੋ ਚੰਗਾ ਹੈ ਹਰ ਆਦਮੀ ਨੂੰ ਰਾਈਟ ਹੈ ਇਲੈਕਸ਼ਨ ਲੜਨ ਦਾ ਸੋ ਆਪਣੇ ਆਪ ਨੂੰ ਹੁਣ ਉਹ ਵੀ ਪੋਲੀਟੀਕਲ ਪਾਰਟੀ ਹੁਣ ਕਹਿਣਾ ਪੈਣਾ ਉਹਨਾਂ ਨੂੰ ਆਪਣਾ ਕਿ ਉਹ ਵੀ ਪੋਲੀਟੀਕਲ ਪਾਰਟੀ ਲੱਗਦਾ ਕਿਸਾਨ ਸੰਗਵੀਰ ਜੀ ਤੁਸੀਂ ਲਗਾਤਾਰ ਸਵਾਲ ਉਠਾਉਂਦੇ ਰਹੇ ਹੋ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਲੋਕਤੰਤਰ ਢਾਂਚਾ ਸਾਡਾ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਵਲੰਟੀਅਰ ਸੀ ਟਿਕਟਾਂ ਦੇ ਦਾਅਵੇ ਸੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਵੱਡੇ ਪੱਧਰ 'ਤੇ ਟਿਕਟਾਂ ਪੈਸੇ ਲੈ ਕੇ ਦਿੱਤੀਆਂ ਗਈਆਂ ਨੇ ਇਸ ਤਰੀਕੇ ਦੇ ਜੋ ਕਲਚਰ ਪਿਛਲੇ ਇਲੈਕਸ਼ਨ 'ਚ ਵੀ ਆਮ ਆਦਮੀ ਪਾਰਟੀ ਨੇ ਟਿਕਟਾਂ ਲੈ ਕੇ ਪੈਸੇ ਲੈ ਕੇ ਟਿਕਟਾਂ ਵੇਚੀਆਂ ਤੁਸੀਂ ਦੇਖ ਲਓ ਕਿੱਡੇ ਕਿਹੜੇ ਚਿਹਰੇ ਜਿਹੜੇ ਫੇਸ ਸੀ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇ ਪੌਰ ਫੁਲਕਾ ਸਭ ਸਾਰੇ ਕਿਉਂ ਛੱਡ ਗਏ 4 MP ਜਿਤਾਏ ਪੰਜਾਬ ਨੇ 3 ਭੱਜ ਗਏ ਆਮ ਆਦਮੀ ਪਾਰਟੀ ਨੂੰ ਕਹਿੰਦੇ ਕੇਜਰੀਵਾਲ ਡਿਕਟੇਟਰ ਹੈ 22-21 MLA ਜਿੱਤੇ ਸੀ 11 ਭੱਜ ਗਏ ਕਹਿੰਦੇ ਕੇਜਰੀਵਾਲ ਡਿਕਟੇਟਰ ਹੈ ਅੱਜ ਜਿਹੜੇ ਲੋਕ ਕੇਜਰੀਵਾਲ ਨੂੰ ਉਹਦੇ ਨਾਂ 'ਤੇ ਜਿਨ੍ਹਾਂ ਨੇ 4 ਸਾਲ ਮਿਹਨਤ ਕੀਤੀ ਉਹਨਾਂ ਦੀ ਟਿਕਟਾਂ ਕੱਟਤੀਆਂ 33 ਕਾਂਗਰਸ ਦੇ ਅਤੇ ਰੁਪਏ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ 33 ਸਾਡਾ ਵੱਡਾ ਇਗਜ਼ਾਮਪਲ ਹੈ ਜਿਹੜਾ ਬਠਿੰਡੇ ਦਿਹਾਤੀ 'ਚ ਔਰ ਜਿਹੜੇ ਦਿੱਤੀ ਹੈ ਟਿਕਟ ਉਹਨਾਂ ਨੇ ਉਹ ਟਿਕਟ ਉਸ ਇਨਸਾਨ ਨੂੰ ਦਿੱਤੀ ਹੈ ਜਿਹੜੇ ਅਕਾਲੀ ਦਲ ਨੇ ਐਕਸਪੈਲ ਕੀਤਾ ਸੀ
क्यों एक्सपेल किया सी? क्योंकि उन्हें 3 करोड़ का घपला किया, वर्करां दा पैसा लैके भज गया, तो वो पुलिस केस हो गया, फिर असी उन्हें पार्टी चो एक्सपेल कर दिता अमित रतन नू, ते अज वह केजरीवाल की पार्टी का कैंडिडेट है जिहड़ा करप्शन केस च। सो इन्हां दे तुसीं केस देख लो लुधियाने विच, जिहड़े इन्हां दे कैंडिडेट है बग्गा है करप्शन दा भरिया पिया, बाकी गैंगस्टरां नू दित्ते लुधियाने च, जिन्ने हिस्ट्री शीटर है उन्होंने आम आदमी पार्टी ने टिकट दी है। ताइयो तुसीं देखिए बगावत है, पिछले इलेक्शन च भी बगावत हुई सी क्योंकि बाहरले आके हुण राघव चड्ढा डिसाइड करता किनूं टिकट देनी है ते केजरीवाल। बीते कल भी अरविंद केजरीवाल का बयान है कि 19.5 साल श्रोमणी अकाली दल ने पंजाब को सिर्फ लूटा है। हर राजनीतिक मंच पर वो यही सवाल उठा रहे हैं कि रिवायती पार्टियां कांग्रेस और श्रोमणी अकाली दल, आम आदमी पार्टी एक कसम। मैं वही कह रहे हैं, वो कह रहे हैं अकाली दल ने लुटिया, केजरीवाल तो अपने वर्करां नूं लुटी जांदा है, टिकट दे रहे, टिकट खरीद बेच के बेच रहे हैं। अज अज जो पंजाब की डिवेलपमेंट है, सड़कों तो लैके बिजली तो लैके पाव अपना एयरपोर्ट तो लैके गरीबों दी सारियां सहूलतां कल्ले एक पार्टी ने दित्तियां। जे पंजाब नूं डिवेलप किया तो श्रोमणी अकाली दल ने किया। आ जिहड़ा बहाना ना 15 साल उन्हूं देते, 20 साल उन्हूं देते, 5 साल असीं होर बर्बाद नहीं किए। दिल्ली जाके देखी है, सब तो ज़्यादा पोल्यूशन दिल्ली च है। की केजरीवाल 5 साल पूरी कर गया, ठीक कर गया? उत्थे जिन्नी करप्शन, MP 2 MP गुप्ता भरा जिहड़े 2 सके भरा उन्होंने 20-20 करोड़ रुपये लिखे उन्होंने जिहड़ियां टिकटां वेचिया बनाए राज्यसभा दे, उहदी सारी गेम पैसे दे है। सो जिहड़े बंदा टिकटां वेच सकदा अपनी पार्टी दियां ते पंजाब नूं की उत्थे लुट्टन नहीं आऊगा? चुन्नी साहब लगातार इल्जाम ला रहे ने कि राजीवाल दी नीयत साफ नहीं ते नीयत दे जिहड़े सवाल चुक रहे ने। कौन? चुन्नी साहब, गुरनाम सिंह चुन्नी। यार आ उहनां दा इंटरनल मैटर है। बादल साहब अपने तुहाडे परिवार चो कौन कौन चोण लड़ेगा इस बार? क्योंकि आम आदमी पार्टी का 800 करोड़ का बजट है, उन्होंने मीडिया हाउसेज नूं सीधा डील कर रहे हैं कि आ लो 20 करोड़, आ लो 25 करोड़ थोड़ा एडवर्टाइजमेंट दिने सरकार की। सरकार के खजाने की दुर्वरता करके वो एग्जिट पोल करा रही है, सारे पेड एग्जिट पोल है, जिवें पेड न्यूज सी ओवें पेड एग्जिट न्यूज है। पिछले साल 12 100 दित्तियां सी ते 21 आईयां, एक ती इन्हां दियां 10 तो 3 टप्पियां। क्योंकि वहां पर आम आदमी पार्टी को मैंडेट मिलता है। क्या मैं समझे? मैंने कहा चंडीगढ़ में एमसी के इलेक्शन जो हुए थे कुछ और ही तस्वीर बयां कर 35 आदमी से 14 जीते हैं, ये को मैंडेट है और वो एक भाग गया। ये कोई आम आदमी पार्टी पंजाब को बॉर्डर स्टेट है, पंजाब विच स्टेबिलिटी चाहिए है, पंजाब विच एक मुख्यमंत्री चाहिए जिहड़ा पंजाब नू सही राह ते लेके जाए, जिहड़ा लॉ एंड ऑर्डर मेनटेन करे, जिहड़ा कम अमन शांति रखे, भाईचारक सांझ रखे। आम आदमी पार्टी वाले कांग्रेस सारियां भरावां भरावां नूं लड़ाउण वालियां पार्टियां हैं, असी जोड़न वाले पार्टियां हैं। संबीर जी, संबीर जी, वोट महिलाओं नूं गल करिए, केजरीवाल कहिंदे 1000 रुपया पर महिला नूं दवांगे, ते दूजे पासे नवजोत सिद्धू भी बयान दे रहे कि असी 2000 रुपये पर महिला दवांगे, अकाली दल की देगा? केजरीवाल, असी अपना क्लियर कीता, जो गरीब परिवार है आटा दाल जिहड़े लैंदे है उहनां परिवारां दी मुख औरत नूं असी 2000 कहा है। असी केजरीवाल मंगू 1000 रुपया कहिंदा हर औरत नूं, इहदा मतलब हीरो होंडा दी हीरो परिवार है जिहड़ा, उहदा घरवाली उहदी बेटियां नूं वी ते लड़कियां नूं वी, लड़के नूं 1000 रुपया मिलेगा। जिहड़ा चीफ सैकटरी है पंजाब दा जिहदी 5 लाख रुपये तनखा, उहनूं वी 1000 रुपया मिलेगा उहदी घरवाली नूं। जिहड़े इत्थे जिन्ने इंडस्ट्रियलिस्ट है, इहदा मतलब की है 13,000 करोड़ रुपया उह कहिंदा झूठ। ताइयों मैं कहिंदा झूठ ते निर्भर है। आ सारियां पार्टियां कल्ले इलेक्शन तक देख रही हैं पंजाब नूं, इन्हां दा कोई लगा नहीं है, इन्हां दा कोई रिश्ता पंजाब नहीं है। केजरीवाल नूं एक्ती ना सीटां मिलियां, इन्हें दुकान बंद करके किसी होर सूबे चले जाना। बादल साहब, मॉडल की बात की अरविंद केजरीवाल ने, नवजोत सिंह सिद्धू भी पंजाब मॉडल की बात करते हैं, आपको नहीं लगता ये पंजाब मॉडल? इन्हां नूं पंजाब मॉडल पहलों पुछो, दसो है की चीज़ कहना, कल्ला कही जांदे हैं पंजाब
अंदर लफाफा खाली है ना कोले। सुखबीर जी, प्रधानमंत्री की सुरक्षा के मामले में कल एक टीवी चैनल ने स्टिंग किया और ये साफ दिखा कि वहाँ चूक हुई है और पहले से पता था सरकार को। वहाँ जो सबूत आ रहे हैं, जो कांग्रेस दे उत्थे विधायक है ते जिहड़े पिंकी ते सारे, सारा उन्होंने प्रोटेस्ट उन्होंने कांग्रेस ने अपलान किया। सुखबीर जी एक सवाल है जी, जिस तरीके लास्ट नवजोत सिंह सिद्धू भी बीसी करते हैं, वह अपने आप को अगे रख के कहने पिछे किसी पंजाब के लीडर की तस्वीर नहीं होंगी उन्होंने फ्लैक्स के पिछे। अज अरविंद केजरीवाल करते हैं किसी पंजाब के लीडर की उन्होंने फ्लैक्स के पिछे तस्वीर नहीं, जो ये डिक्टेटरशिप वाली रवायत पंजाब के कल्चर सियासत के इस तरीके किस तरीके। मैं उही कहना चाहना है, तुसी केजरीवाल की देख लो, बीजेपी की देख लो, कांग्रेस देख लो, इन्होंने पंजाब लीडरशिप नू तो ऐ बनाया जिवें उन्होंने रबड़ स्टैंप है। पंजाब लीडरशिप कोले कोई से नहीं है, जो फैसला उत्तों आऊगा वही आऊगा। इस करके वो कोई लड़ाई पंजाब नहीं लड़ सकते जो कल्ला श्रोमणी अकाली दल लड़ सकता। सबसक्राइब टू आर यूट्यूब चैनल, प्रेस द बेल आइकन टू गेट द लेटेस्ट अपडेट्स।